Hello friends, welcome to YouTube channel Support for Education, and today we are going to study the English chapter The Story of My Life, written by Helen Keller. The chapter is in the syllabus of PSEB, Punjab School Education Board, class 12th. So friends, what we are going to do is we are going to study the chapter, and simultaneously I would like to explain to you the chapter in Punjabi as well. So if you have not subscribed to our channel Support for Education yet, please subscribe to our YouTube channel Support for Education to get more such videos. So let us start. Helen Keller was made blind and deaf through fever at age of 19 months. Jado Helen Keller 19 mahine di si, almost 1.5 saal di sigi, te usnu dikhai dena te sunai dena band ho gaya siga. Born in 1880, at a time when blind, deaf people were likely to be consigned to the poor house or asylum, she went to live on a fuller and move adventurous life than many before or since. ਕਿ ਉਸ ਸਮੇਂ ਕੀ ਹੁੰਦਾ ਸੀਗਾ ਜਿਨ੍ਹਾਂ ਨੂੰ ਦਿਖਾਈ ਨਹੀਂ ਦੇ ਰਿਹਾ ਜਾਂ ਸੁਣਾਈ ਨਹੀਂ ਦੇ ਰਿਹਾ, ਉਹਨਾਂ ਨੂੰ ਅਸਾਈਲਮ, ਅਨਾਥ ਆਸ਼ਰਮ ਵਿੱਚ ਰੱਖਿਆ ਜਾਂਦਾ ਸੀਗਾ, ਪਰ ਜਿਹੜੀ ਹੈਲਨ ਹੈ ਉਹ ਆਪਣੇ ਘਰ ਵਿੱਚ ਹੀ ਰਹੀ. ਡਿਸਪਾਈਟ ਬੀਂਗ ਬਲਾਈਂਡ ਐਂਡ ਡੈਫ, ਇਟ ਵਾਸ ਕਲੀਅਰ that Helen had a remarkable gift for communication. ਅਤੇ ਉਹ ਬਲਾਈਂਡ ਸੀ, ਉਸਨੂੰ ਦਿਖਾਈ ਵੀ ਨਹੀਂ ਸੀ ਦੇ ਰਿਹਾ ਅਤੇ ਸੁਣਾਈ ਵੀ ਨਹੀਂ ਸੀ ਦਿੰਦਾ, ਬਟ ਉਸਦੇ ਕੋਲ ਇੱਕ ਰਿਮਾਰਕੇਬਲ ਗਿਫਟ ਸੀਗਾ. ਕਿਹੜਾ ਗਿਫਟ ਸੀਗਾ? ਕਮਿਊਨੀਕੇਸ਼ਨ ਦਾ, ਆਪਣੇ ਆਪ ਨੂੰ ਐਕਸਪ੍ਰੈਸ ਕਰਨ ਦਾ. ਸ਼ੀ ਲਰਨਡ ਐਂਡ ਰਾਈਟ ਬ੍ਰੇਲ, ਉਹਨੇ ਬ੍ਰੇਲ ਲਿਪੀ ਸਿੱਖੀ. ਐਂਡ ਟੂ ਰੀਡ ਲਿਪਸ ਬਾਏ ਫੀਲਿੰਗ ਸ਼ੇਪਸ ਐਂਡ ਵਾਈਬ੍ਰੇਸ਼ਨਸ ਫੌਂਡ ਬਾਏ ਪੀਪਲ ਮਾਊਥਸ ਐਜ਼ ਦੇ ਸਪੀਕ. ਦਿਸ ਫਾਰਮ ਆਫ ਲਿਪ ਰੀਡਿੰਗ ਟਡੋਮਾ is one that is very difficult and few people ever manage to do successfully. ਅਤੇ ਇਹ ਕੀ ਹੁੰਦਾ ਕਿ ਕਲਿਪ ਰੀਡਿੰਗ ਦੀ ਫਾਰਮ ਹੁੰਦੀ ਹੈ ਜਿਹਨੂੰ ਟਡੋਮਾ ਕਿਹਾ ਜਾਂਦਾ, ਕਿ ਜੋ ਬੰਦਾ ਬੋਲ ਰਿਹਾ ਨਾ ਅਤੇ ਉਸਦੇ ਮੂੰਹ ਜਾਂ ਗਲੇ ਦੇ ਉੱਪਰ ਹੱਥ ਰੱਖ ਦਿਉ ਅਤੇ ਫਿਰ ਜਦੋਂ ਲਿਪਸ ਦੀ ਮੂਵਮੈਂਟ ਦੇ ਥਰੂ ਹੈ ਹੱਥਾਂ ਨਾਲ ਫੀਲ ਕਰਕੇ ਤੁਸੀਂ ਮਹਿਸੂਸ ਕਰ ਸਕਦੇ ਹੋ ਵੀ ਉਹ ਕੀ ਬੋਲ ਰਿਹਾ, ਅਤੇ ਇਹ ਉਹ ਆਰਟ ਵੀ ਉਹਨੇ ਸਿੱਖਿਆ. Anne Sullivan arrived at Keller's house in March 1887 and immediately began to teach Helen to communicate by spelling words into her hand. Anne Sullivan the teacher, usne oh Keller de ghar aayi at March 1887 nu te usne usnu spelling sikhana shuru kita, means ki sign language sikhani shuru kiti. At age 22 Keller published her autobiography The Story of My Life. ਅਤੇ ਜਦੋਂ ਉਹ 22 ਸਾਲ ਦੀ ਸੀਗੀ ਉਸਨੇ ਇੱਕ ਬੁੱਕ ਲਿਖੀ ਸਟੋਰੀ ਆਫ ਮਾਈ ਲਾਈਫ ਵਿਦ ਹੈਲਪ ਆਫ ਸੁਲੇਮਨ ਐਂਡ ਸੁਲੇਮਨਸ ਹਸਬੈਂਡ ਜੌਨ ਮੈਕੀ. ਅਤੇ ਆਪਣੇ ਟੀਚਰ ਅਤੇ ਉਸਦੇ ਹਸਬੈਂਡ ਦੀ ਮਦਦ ਦੇ ਨਾਲ ਉਸਨੇ ਇੱਕ ਬੁੱਕ ਲਿਖੀ. ਇਟ ਰੀਕਾਊਂਟਸ ਦ ਸਟੋਰੀ ਆਫ ਹਰ ਲਾਈਫ ਅਪ ਟੂ ਏਜ 21 ਐਂਡ ਵਾਜ ਰਿਟਨ ਡਿਊਰਿੰਗ ਹਰ ਟਾਈਮ ਇਨ ਕਾਲਜ. ਅਤੇ ਉਸਦੇ 21 ਸਾਲਾਂ ਦੀ ਕਹਾਣੀ ਹੈ ਇਸ ਬੁੱਕ ਵਿੱਚ ਲਿਖੀ ਹੋਈ ਹੈ, ਅਤੇ ਉਹ ਉਸਨੇ ਆਪਣੇ ਕਾਲਜ ਦੇ ਦਿਨਾਂ ਵਿੱਚ ਇਹ ਲਿਖੀ. ਅਤੇ ਦੋਸਤੋ, ਕੀ ਆਪ ਸਾਰਿਆਂ ਨੂੰ ਪਤਾ ਹੈ ਕਿ ਹੈਲਨ ਕੈਲਰ ਦੀ ਜਿਹੜੀ ਬੁੱਕ ਹੈ ਦਾ ਸਟੋਰੀ ਆਫ ਮਾਈ ਲਾਈਫ, ਉਸ ਵਿੱਚ 23 ਚੈਪਟਰ ਹੈਗੇ ਨੇ, ਬਟ ਸਾਡੇ ਸਿਲੇਬਸ ਵਿੱਚ ਇਸਦਾ 4th ਚੈਪਟਰ ਹੈ. ਅਤੇ ਇਸ ਤੋਂ ਇਲਾਵਾ ਹੈਲਨ ਕੈਲਰ ਦੇ ਇੱਕ ਮੂਵੀ ਵੀ ਬਣ ਚੁੱਕੀ ਹੈ, ਉਸਦਾ ਨਾਂ ਹੈ ਦਾ ਮਿਰੇਕਲ ਵਰਕਰ. ਜੇ ਆਪ ਸਾਰਿਆਂ ਕੋਲ ਸਮੇਂ ਹੋਏ ਤਾਂ ਦਾ ਮਿਰੇਕਲ ਵਰਕਰ ਮੂਵੀ ਹੈ, ਜ਼ਰੂਰ ਦੇਖਣਾ. ਅਤੇ ਇਸ ਤੋਂ ਇਲਾਵਾ ਹੈਲਨ ਕੈਲਰ ਪਹਿਲੀ ਬਲਾਈਂਡ ਐਂਡ ਡੈਫ ਮਨੁੱਖ ਵਿਅਕਤੀ ਹੈ ਜਿਸਨੇ BA ਗ੍ਰੈਜੂਏਸ਼ਨ ਹੈ ਉਹ ਕੀਤੀ ਹੈ. ਅਤੇ ਕਿਉਂਕਿ ਉਸਦਾ ਜਨਮ ਹੈ 27 ਜੂਨ 1880 ਨੂੰ ਹੋਇਆ ਸੀਗਾ, ਅਤੇ ਹੁਣ ਅਮੈਰੀਕਾ ਵਿੱਚ 27 ਜੂਨ ਨੂੰ ਹੈਲਨ ਕੈਲਰ ਡੇ ਦੇ ਨਾਂ ਦੇ ਨਾਲ ਮਨਾਇਆ ਜਾਂਦਾ. ਅਤੇ ਹੁਣ ਅਸੀਂ ਰੀਡ ਕਰਦੇ ਹਾਂ ਵੀ ਸਾਡੇ ਚੈਪਟਰ ਵਿੱਚ ਕੀ ਦਿੱਤਾ ਹੋਇਆ. ਦ ਮੋਸਟ ਇੰਪੋਰਟੈਂਟ ਡੇ ਆਈ ਰਿਮੈਂਬਰ ਇਨ ਆਲ ਮਾਈ ਲਾਈਫ ਇਜ਼ ਦ ਵਨ ਔਨ ਵਿਚ ਮਾਈ ਟੀਚਰ ਐਨ ਮੈਨਸਫੀਲਡ ਸੁਲੇਵਨ ਕੇਮ ਟੂ ਮੀ.
ਮੈਨੂੰ ਉਹ ਦਿਨ ਯਾਦ ਹੈ ਜਦੋਂ ਮੇਰੀ ਟੀਚਰ ਐਨ ਮੈਂਸਫੀਲਡ ਸੁਲੇਵਨ ਮੇਰੇ ਕੋਲ ਆਈ ਹੈ। ਆਈ ਐਮ ਫਿਲਡ ਵਿਦ ਵੰਡਰ ਵੈਨ ਆਈ ਕੰਸੀਡਰ ਦਾ ਇਮੈਜਰੇਬਲ ਕੰਟਰਾਸਟ ਬਿਟਵੀਨ ਦ ਟੂ ਲਾਈਫਸ ਇਨ ਵਿੱਚ ਇਟ ਕਨੈਕਟਸ, ਕਿ ਮੈਨੂੰ ਬਹੁਤ ਹੈਰਾਨੀ ਉਸ ਬਾਰੇ ਸੋਚ ਕੇ ਕਿ ਉਸ ਤੋਂ ਆਪਣੇ ਟੀਚਰ ਤੋਂ ਮਿਲਣ ਤੋਂ ਪਹਿਲਾਂ ਮੇਰਾ ਜੀਵਨ ਉਹ ਕਿਸ ਤਰ੍ਹਾਂ ਦਾ ਸੀਗਾ ਅਤੇ ਉਸਦੇ ਮਿਲਣ ਤੋਂ ਬਾਅਦ ਮੇਰੇ ਜੀਵਨ ਵਿੱਚ ਕੀ ਤਬਦੀਲੀ ਆਈ। ਇਟ ਵਾਸ 3rd of March 1887, 3 months ਬਿਫੋਰ ਆਈ ਵਾਸ 7 years old, ਅਤੇ ਮੈਨੂੰ ਉਹ ਮਿਲੀ ਸੀਗੀ 3 March 1887 ਨੂੰ, ਜਦੋਂ ਮੈਂ 7 ਸਾਲ ਦੀ ਹੋਣ ਨੂੰ ਮੈਨੂੰ 3 ਮਹੀਨੇ ਪਏ ਸੀਗੇ। ਔਨ ਦਾ ਆਫਟਰਨੂਨ ਆਫ ਦੈਟ ਇਵੈਂਟਫੁਲ ਡੇ ਆਈ ਸਟੂਡ ਔਨ ਦਾ ਪੋਰਚ ਡਮ ਐਕਸਪੈਕਟੈਂਟ, ਅਤੇ ਉਸ ਦਿਨ ਪੋਰਚ ਹੁੰਦਾ ਵਰਾਂਡਾ, ਕਿ ਉਸ ਦਿਨ ਮੈਂ ਆਪਣੇ ਵਰਾਂਡੇ 'ਤੇ ਖੜ੍ਹੀ ਸੀ, ਚੁੱਪ ਚਾਪ ਖੜ੍ਹੀ ਸੀ, ਬਟ ਮੈਨੂੰ ਕਿਸੇ ਦੇ ਆਉਣ ਦੀ ਉਮੀਦ ਸੀ। ਆਈ ਗੈਸਟ ਵੇਗਲੀ ਫਰੋਮ ਮਾਈ ਮਦਰ ਸਾਇੰਸ ਐਂਡ ਫਰੋਮ ਹਰਿੰਗ ਟੂ ਐਂਡ ਫਰੋ ਇਨ ਦਾ ਹਾਊਸ ਡੈਟ ਸਮਥਿੰਗ ਅਨਯੂਜੁਅਲ ਵਾਸ ਅਬਾਊਟ ਟੂ ਹੈਪਨ, ਅਤੇ ਮੇਰੇ ਮਾਤਾ ਜੀ ਘਰ ਵਿੱਚ ਇੱਧਰ ਉੱਧਰ ਜਾ ਰਹੇ ਸੀਗੇ ਅਤੇ ਮੈਨੂੰ ਉਹਨਾਂ ਦੇ ਆਉਣ ਜਾਣ ਤੋਂ ਪਤਾ ਲੱਗ ਰਿਹਾ ਸੀਗਾ ਵੀ ਕੁਛ ਹੋਣ ਵਾਲਾ ਹੈ। ਸੋ ਆਈ ਵੈਂਟ ਟੂ ਦਾ ਡੋਰ ਐਂਡ ਵੇਟਡ ਔਨ ਦਾ ਸਟੈਪਸ, ਅਤੇ ਮੈਂ ਘਰੋਂ ਬਾਹਰ ਗਈ, ਦਰਵਾਜ਼ੇ ਤੋਂ ਬਾਹਰ ਗਈ ਅਤੇ ਪੌੜੀਆਂ 'ਤੇ ਖੜ੍ਹੀ ਹੋਈ। ਦ ਆਫਟਰਨੂਨ ਸਨ ਪੈਨੀਟੇਟਿਡ ਦਾ ਮਾਸ ਆਫ ਹਨੀ ਸਕਲ ਦੈਟ ਕਵਰਡ ਦਾ ਪੋਰਚ ਐਂਡ ਫੈਲ ਔਨ ਮਾਈ ਅਪਟਰਨ ਫੇਸ, ਅਤੇ ਕੀ ਹੋਇਆ ਸੀਗਾ ਉਹਨਾਂ ਦੇ ਵਰਾਂਡੇ ਵਿੱਚ ਨਾ ਹਨੀ ਸਕਲ ਦੇ ਫੁੱਲ ਲੱਗੇ ਹੋਏ ਸੀਗੇ ਕਾਫੀ ਵਧੀਆ, ਅਤੇ ਹੁਣ ਸੂਰਜ ਦੀ ਕਿਰਨਾਂ ਉਹ ਫੁੱਲਾਂ ਦੇ ਵਿਚਕਾਰਲੀ ਜਗ੍ਹਾ ਜਿਨ੍ਹਾਂ ਨੇ ਵਰਾਂਡਿਆਂ ਨੂੰ ਘੇਰਿਆ ਹੋਇਆ, ਅਤੇ ਉਸਨੂੰ ਪਾਰ ਕਰਕੇ ਜਿਹੜੀ ਸੂਰਜ ਦੀ ਕਿਰਨਾਂ ਹੈ ਉਹ ਹੈਲਨ ਕੈਲਰ ਦੇ ਚਿਹਰੇ 'ਤੇ ਆ ਰਹੀਆਂ ਸਨ। My fingers lingered almost unconsciously on the familiar leaves and blossoms which had just come forth to greet the sweet southern spring. Fair Helen kehndi hai ki my fingers lingered hil rahi hain sigi apne aap usnu sehla rahi hain sigi kinna nu almost unconsciously on the familiar leaves ve bina hosh to meri fingers unna pattiyan de upar chale gayi which had just come forth jo ki hune hune hi uggiyan sigi ਟੂ ਗ੍ਰੀਟ ਦਾ ਸਵੀਟ ਸਾਊਦਰਨ ਸਪਰਿੰਗ। ਹੁਣ ਜਿਹੜੇ ਸਾਊਥ ਦਾ ਏਰੀਆ ਜਿਹੜਾ ਅਮੈਰੀਕਾ ਦਾ ਜਿੱਧਰ ਉਹ ਰਹਿੰਦੀ ਆ, ਅਤੇ ਉੱਧਰ ਬਸੰਤ ਰੁੱਤ ਹੈ, ਸਪਰਿੰਗ ਦਾ ਸੀਜ਼ਨ ਹੈ, ਅਤੇ ਉੱਧਰ ਨਵੀਆਂ ਕਰੂੰਬਲਾਂ ਦੇ ਉੱਪਰ ਹੈ ਹੈਲਨ ਦੇ ਹੱਥ ਹੈ, ਫਿੰਗਰਸ ਹੈ ਉਹ ਚੱਲ ਰਹੀਆਂ ਨੇ। ਆਈ ਡਿਡ ਨੋਟ ਨੋ ਵਟ ਦਾ ਫਿਊਚਰ ਹੈਲਡ ਆਫ ਮਾਰਵਲ ਔਰ ਸਰਪ੍ਰਾਈਜ਼ ਫੋਰ ਮੀ, ਅਤੇ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਨਾਲ ਹੁਣ ਫਿਊਚਰ ਵਿੱਚ ਕੀ ਸਰਪ੍ਰਾਈਜ਼ ਹੋਣ ਵਾਲਾ ਹੈ। Anger and bitterness had preyed upon me continually for weeks and a deep languor had succeeded this passionate struggle. ਅਤੇ ਦੋਸਤੋ ਹੁਣ ਜਿਹੜਾ ਬੱਚਾ ਹੁੰਦਾ ਉਹ ਨਾ ਦੇਖ ਸਕਦਾ ਹੈ ਅਤੇ ਨਾ ਉਹ ਸੁਣ ਸਕਦਾ, ਅਤੇ ਉਸ ਵਾਸਤੇ ਪੂਰੀ ਜ਼ਿੰਦਗੀ ਬਹੁਤ ਜ਼ਿਆਦਾ ਸਟਰਗਲ ਰਹਿੰਦੀ ਹੈ, ਅਤੇ ਉਸੇ ਤਰ੍ਹਾਂ ਹੈਲਨ ਦੀ ਲਾਈਫ ਹੈ, ਬਚਪਨ ਉਹਦਾ ਬਹੁਤ ਜ਼ਿਆਦਾ ਸਟਰਗਲਡ ਰਿਹਾ, ਅਤੇ ਹੁਣ ਕੀ ਹੁੰਦਾ ਕਿ ਇਸ ਕਾਰਨ ਬੱਚੇ ਨੂੰ ਗੁੱਸਾ ਵੀ ਆਉਂਦਾ ਅਤੇ ਚਿੜਚਿੜਾਪਨ ਵੀ ਆ ਜਾਂਦਾ। ਅਤੇ ਉਹੀ ਲਿਖਿਆ ਕਿ ਐਂਗਰ ਗੁੱਸਾ ਅਤੇ ਬਿਟਰਨੈਸ ਇਟ ਪ੍ਰੇਡ ਅਪੋਨ ਮੀ ਕੰਟੀਨਿਊਲੀ ਫੋਰ ਵੀਕਸ, ਹੁਣ ਕਈ ਹਫ਼ਤਿਆਂ ਤੱਕ ਉਹਨੂੰ ਗੁੱਸਾ ਰਹਿੰਦਾ ਸੀਗਾ ਅਤੇ ਮਨ ਉਹ ਖਿਝਿਆ ਰਹਿੰਦਾ ਸੀਗਾ, ਫੋਰ ਅ ਡੀਪ ਲੈਗਰ ਵੀ ਮਨ ਦੁਖੀ ਰਹਿੰਦਾ ਸੀਗਾ ਇਸ ਸਟਰਗਲ ਦੇ ਕਾਰਨ। ਹੈਵ ਯੂ ਐਵਰ ਬੀਨ ਐਟ ਦ ਸੀ ਇਨ ਡੈਂਸ ਫੋਗ ਮੈਨ ਇਟ ਸੀਮਡ ਐਜ ਇਫ ਅ ਟੈਂਜੀਬਲ ਵਾਈਟ ਡਾਰਕਨੈਸ ਸ਼ਟ ਯੂ ਇਨ ਐਂਡ ਦ ਗ੍ਰੇਟ ਸ਼ਿਪ ਟੈਂਸ ਐਂਡ ਐਂਸ਼ੀਅਸ groped her way toward the shore with plummet and sounding line and you waited with beating heart for something to happen. Te fir kya gaya ki have you ever been in at a sea in dense fog, ki tusi samundar vich ho te udhar jehda bahut zyada kohra hai, fog hai,
when it seemed as there is a tangible white darkness. वैसे तो darkness है वो black हुंदी है, पर जदों कोहरा हुंदा है, fog हुंदी है, तो वो white darkness है. Shut you in and the great ship tense and anxious. ते उस समय तुसी बहुत tense हो ते anxious हो. वे तुसी समुंदर दे विचकार हो, white darkness विच कोहरे दे विच घिरे गए घिरे हुए हो, ते tense ते anxious हो. ते तुसी किनारे दी उड़ीक कर रहे हो, शोर दी उड़ीक कर रहे हो, with plummet and sounding line. ਅਤੇ ਪਲਮਟ ਐਂਡ ਸਾਊਂਡਿੰਗ ਲਾਈਨ ਨੂੰ ਸਮਝਣ ਦੀ ਲੋੜ ਹੈ ਕਿ ਹੁੰਦਾ ਕਿ ਸਾਊਂਡਿੰਗ ਲਾਈਨ ਇੱਕ ਹੁੰਦੀ ਹੈ ਰੱਸੀ ਅਤੇ ਉਸਦਾ ਭਾਰ ਹੁੰਦਾ ਜਿਹੜਾ ਉਹ ਪਲਮਟ ਹੁੰਦਾ ਵੀ ਜਦੋਂ ਸੀ ਜਦੋਂ ਜਹਾਜ਼ ਹੈ ਉਹ ਸਮੁੰਦਰ ਤੋਂ ਕਿਨਾਰੇ ਵੱਲ ਨੂੰ ਜਾਂਦਾ ਅਤੇ ਕੋਈ ਭਾਰ ਸੁੱਟਿਆ ਜਾਂਦਾ ਅਤੇ ਉਹਨੂੰ ਪਲਮਟ ਐਂਡ ਸਾਊਂਡਿੰਗ ਲਾਈਨ ਕਿਹਾ ਗਿਆ ਅਤੇ ਉਸਦੀ ਮਦਦ ਨਾਲ ਹੈ ਜਿਹੜੀ ਸ਼ਿਪ ਹੈ ਉਹ ਆਪਣੇ ਕਿਨਾਰੇ 'ਤੇ ਜਾ ਕੇ ਖੜ੍ਹਦੀ ਹੈ ਵੀ ਤੁਸੀਂ ਵੀ ਪਲਮਟ ਐਂਡ ਸਾਊਂਡਿੰਗ ਲਾਈਨ ਉਹ ਰੱਸੀ ਲੈ ਕੇ ਖੜ੍ਹੇ ਹੋ ਅਤੇ ਤੁਹਾਡਾ ਹਾਰਟ ਹੈ ਉਹ ਧੱਕ ਧੱਕ ਕਰ ਰਿਹਾ ਕਿ ਕੁਛ ਹੋਣ ਵਾਲਾ ਹੈ I was like that ship before my education began. Only I was without compass or sounding line and had no way of knowing how near the harbor was. ਅਤੇ ਇਸ ਤੋਂ ਬਾਅਦ ਕਿਹਾ ਗਿਆ ਕਿ ਮੈਂ ਵੀ ਉਸ ਸ਼ਿਪ ਵਾਂਗ ਹੀ ਸੀਗੀ ਜਦੋਂ ਤੱਕ ਮੈਨੂੰ ਮੇਰੀ ਪੜ੍ਹਾਈ ਸ਼ੁਰੂ ਨਹੀਂ ਹੋਈ ਮੇਰੀ ਐਜੂਕੇਸ਼ਨ ਬਿਗੈਨ ਨਹੀਂ ਹੋਈ I was without compass or sounding line. ਅਤੇ ਇਸ ਕੰਪਸ ਕੀ ਇੱਥੇ ਮੈਗਨੈਟਿਕ ਕੰਪਸ ਹੁੰਦੀ ਹੈ ਜੋ ਕਿ ਜੋ ਸੀ ਵਿੱਚ ਟਰੈਵਲ ਕਰਦੇ ਨੇ ਸ਼ਿਪ ਦੇ ਥਰੂ ਉਹ ਡਾਇਰੈਕਸ਼ਨ ਦੇਖਦੇ ਨੇ ਕੰਪਸ ਦੇ ਨਾਲ ਅਤੇ ਇਸਦਾ ਮਤਲਬ ਹੈ ਕਿ ਹੁਣ ਜਿਹੜੀ ਹੈਲਨ ਹੈ ਪਹਿਲਾਂ ਉਸ ਕੋਲ ਕੋਈ ਡਾਇਰੈਕਸ਼ਨ ਨਹੀਂ ਕੋਈ ਉਸਨੂੰ ਡਾਇਰੈਕਸ਼ਨ ਦਿਖਾਉਣ ਵਾਲਾ ਨਹੀਂ ਸੀ ਅਤੇ ਉਸਦੇ ਗਿਆਨ ਰੂਪੀ ਜਹਾਜ਼ ਨੂੰ ਕੋਈ ਸਿਰੇ ਲਾਉਣ ਵਾਲਾ ਨਹੀਂ ਸੀ ਲਾਈਟ ਗਿਵ ਮੀ ਲਾਈਟ ਇੱਥੇ ਜਿਹੜੀ ਲਾਈਟ ਹੈ ਉਹ ਐਜੂਕੇਸ਼ਨ ਦੀ ਗੱਲ ਕੀਤੀ ਗਈ ਹੈ ਕਿ ਉਹ ਕਹਿ ਰਹੀ ਕਿ ਮੈਨੂੰ ਗਿਆਨ ਰੂਪੀ ਚਾਨਣ ਹੈ ਉਹ ਚਾਹੀਦਾ was worth wordless cry of my soul and the light of love shone on me in that very hour te jis samay oh verandah ch khadi hai soch rahi si te usse samay hi ki love of light hai uste upar giri te ki kis tarah giri ki ohde teacher mil payi ke nahi oh assi hun agle paragraphs vich dekhange I felt approaching footsteps I stretched out my hand as I supposed to my mother someone took it and I was caught up and held close in my arms of her who had come to reveal all things to me and more than all things else to love me te mainu eh lagya ki mere nazdeek koi aa reha te jadon main apna hath stretch kita vi main sochya vi meri mummy honge te kise ne mera hath phadya te usne hath phadya jisne mainu sara kuch sikhana siga reveal all things to me te sab kuch sikhan to ilawa mainu bahut unne pyar karna siga ਅਤੇ ਉਹ ਕੌਣ ਸੀਗਾ ਉਹ ਉਸਦੀ ਟੀਚਰ ਸੀਗੀ ਐਨ ਸੁਲੇਵਨ ਦ ਮੋਰਨਿੰਗ ਮਾਈ ਟੀਚਰ ਕੇਮ ਸ਼ੀ ਲੈਂਟ ਮੀ ਇਨ ਟੂ ਹਰ ਰੂਮ ਐਂਡ ਗੇਵ ਮੀ ਅ ਡੋਲ ਅਤੇ ਟੀਚਰ ਆਈ ਅਤੇ ਉਹਨੇ ਮੈਨੂੰ ਇੱਕ ਆਪਣੇ ਕਮਰੇ ਵਿੱਚ ਲੈ ਗਈ ਅਤੇ ਉਹਨੇ ਮੈਨੂੰ ਇੱਕ ਡੋਲ ਦਿੱਤੀ ਦ ਲਿਟਲ ਬਲਾਈਂਡ ਚਿਲਡਰਨ ਐਟ ਪੈਰਕਿਨਸ ਇੰਸਟੀਟਿਊਸ਼ਨ ਹੈਡ ਸੈਂਡ ਇਟ ਐਂਡ ਲੋਰਾ ਬ੍ਰਿਜਮੈਨ ਹੈਡ ਡਰੈਸਡ ਇਟ ਬਟ ਆਈ ਡਿਡ ਨੋਟ ਨੋ ਦਿਸ ਅੰਟਿਲ ਆਫਟਰਵਰਡਸ ਅਤੇ ਐਨ ਸੁਲੇਵਨ ਹੈ ਨਾ ਉਹ ਪੈਰਕਿਨਸ ਇੰਸਟੀਟਿਊਸ਼ਨ ਵਿੱਚ ਪੜ੍ਹਾਉਂਦੀ ਹੈ ਪਹਿਲਾਂ ਉੱਥੋਂ ਪੜ੍ਹੀ ਸੀ ਅਤੇ ਉਸ ਤੋਂ ਬਾਅਦ ਉੱਥੇ ਉਹਨੇ ਪੜ੍ਹਾਉਣਾ ਵੀ ਸ਼ੁਰੂ ਕਰ ਦਿੱਤਾ ਸੀ ਅਤੇ ਉਸ ਇੰਸਟੀਟਿਊਟ ਵਿੱਚ ਬਲਾਈਂਡ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ ਅਤੇ ਲੋਰਾ ਬ੍ਰਿਡਮੈਨ ਜਿਸਨੇ ਐਨ ਸੁਲੇਵਨ ਨੂੰ ਪੜ੍ਹਾਇਆ ਸੀਗਾ ਅਤੇ ਬਾਅਦ ਵਿੱਚ ਉਹ ਉਸਦੀ ਫਰੈਂਡ ਵੀ ਬਣ ਗਈ ਸੀ ਉਸਨੇ ਉਸ ਡੋਲ ਦੀ ਡਰੈਸਿੰਗ ਕੀਤੀ ਸੀਗੀ ਵੈਨ ਆਈ ਪਲੇਡ ਵਿਦ ਇਟ ਅ ਲਿਟਲ ਵਾਈਲ ਮਿਸ ਸੁਲੇਵਨ ਸਲੋਲੀ ਸਪੈਲਡ ਇਨ ਟੂ ਮਾਈ ਹੈਂਡ ਦ ਵਰਡ DOLL ਜਦੋਂ ਮੈਂ ਡੋਲ ਨਾਲ ਥੋੜ੍ਹੀ ਦੇਰ ਖੇਡਿਆ ਅਤੇ ਮਿਸ ਸੁਲੇਵਨ ਨੇ
ਸਾਈਨ ਲੈਂਗੁਏਜ ਦੇ ਥਰੂ DOLL ਆਪਣੇ ਹੱਥ ਮੇਰੇ ਹੱਥ ਵਿੱਚ ਬਣਾਇਆ। ਆਈ ਵਾਜ਼ ਐਟ ਵੰਸ ਇੰਟਰਸਟਿਡ ਇਨ ਦਿਸ ਫਿੰਗਰ ਪਲੇ ਐਂਡ ਟਰਾਈਡ ਟੂ ਇਮੀਟੇਟ ਇਟ। ਅਤੇ ਉਹ ਜੋ ਹੱਥ ਨਾਲ DOLL ਬਣਾ ਰਹੀ ਸੀ ਕਿ ਮੈਨੂੰ ਉਸ ਵਿੱਚ ਕਾਫੀ ਇੰਟਰਸਟ ਆਇਆ ਫਿੰਗਰ ਪਲੇ ਵਿੱਚ, ਅਤੇ ਮੈਂ ਵੀ ਉਹੀ ਬਣਾਉਣ ਦੀ ਦੁਬਾਰਾ ਕੋਸ਼ਿਸ਼ ਕੀਤੀ। ਵੈਨ ਆਈ ਫਾਈਨਲੀ ਸਕਸੀਡਿਡ ਇਨ ਮੇਕਿੰਗ ਦ ਲੈਟਰਸ ਕਰੈਕਟਲੀ, ਆਈ ਵਾਜ਼ ਫਲਸ਼ਡ ਵਿਦ ਚਾਈਲਡਿਸ਼ ਪਲੇਜ਼ਰ ਐਂਡ ਪ੍ਰਾਈਡ। ਅਤੇ ਜਿਵੇਂ ਬੱਚਿਆਂ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਕੁਛ ਇਨਕੰਪਲਿਸ਼ ਕਰਕੇ, ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਅਤੇ ਮੈਨੂੰ ਆਪਣੇ ਆਪ ਦੇ ਉੱਪਰ ਮਾਣ ਵੀ ਹੋਇਆ। ਰਨਿੰਗ ਡਾਊਨਸਟੇਅਰਸ ਟੂ ਮਾਈ ਮਦਰ, ਆਈ ਹੈਲਡ ਅਪ ਮਾਈ ਹੈਂਡ ਐਂਡ ਮੇਡ ਦਾ ਲੈਟਰਸ ਫੋਰ ਡੋਲ। ਅਤੇ ਫਿਰ ਮੈਂ ਥੱਲੇ ਆਪਣੀ ਮਾਤਾ ਜੀ ਕੋਲ ਗਈ ਅਤੇ ਮੈਂ ਉਹਨਾਂ ਨੂੰ ਵੀ ਡੋਲ ਦੇ ਲੈਟਰਸ ਬਣਾ ਕੇ ਦਿਖਾਏ। ਆਈ ਡਿਡ ਨੋਟ ਨੋ ਡੈਟ ਆਈ ਵਾਜ਼ ਸਪੈਲਿੰਗ ਅ ਵਰਡ ਔਰ ਈਵਨ ਡੈਟ ਵਰਡਸ ਐਗਜ਼ਿਸਟਿਡ। ਆਈ ਵਾਜ਼ ਸਿੰਪਲੀ ਮੇਕਿੰਗ ਮਾਈ ਫਿੰਗਰਸ ਗੋ ਇਨ ਮੌਂਕੀ ਲਾਈਕ ਇਮੀਟੇਸ਼ਨ। ਅਤੇ ਉਸ ਸਮੇਂ ਮੈਨੂੰ ਇਹ ਨਹੀਂ ਪਤਾ ਸੀਗਾ ਕਿ ਵਰਡਸ ਕੀ ਮੈਂ ਵਰਡ ਨੂੰ ਸਪੈਲ ਕਰ ਰਹੀ ਹਾਂ, ਕਿ ਵਰਡਸ ਹੁੰਦੇ ਵੀ ਹਨ। ਅਤੇ ਮੈਂ ਤਾਂ ਜਿਵੇਂ ਮੌਂਕੀ ਲਾਈਕ ਇਮੀਟੇਸ਼ਨ, ਜਿਵੇਂ ਬਾਂਦਰ ਹੈ ਉਹ ਨਕਲ ਕਰਦੇ ਨੇ, ਮੈਂ ਵੀ ਉਸਦੀ ਨਕਲ ਹੀ ਕਰ ਰਹੀ ਸੀਗੀ ਜਿਹੜਾ ਮੈਨੂੰ ਟੀਚਰ ਨੇ ਸਿਖਾਇਆ ਸੀਗਾ। ਇਨ ਦਾ ਡੇਜ਼ ਡੈਟ ਫੋਲੋਡ ਆਈ ਲਰਨ ਟੂ ਸਪੈਲ ਦਿਸ ਅਨਕੋਂਪਰੀਹੈਂਡਿੰਗ ਵੇ ਅ ਗ੍ਰੇਟ ਮੈਨੀ ਵਰਡਸ ਅਮੰਗ ਦੈਮ ਪਿੰਨ ਹੈਟ ਕੱਪ ਐਂਡ ਅ ਫਿਊ ਵਰਬਸ ਲਾਈਕ ਸਿਟ ਸਟੈਂਡ ਐਂਡ ਵਾਕ ਬਟ ਮਾਈ ਟੀਚਰ ਹੈਡ ਬੀਨ ਵਿਦ ਮੀ ਸੈਵਰਲ ਵੀਕਸ ਬਿਫੋਰ ਆਈ ਅੰਡਰਸਟੂਡ ਡੈਟ ਐਵਰੀਥਿੰਗ ਹੈਜ਼ ਅ ਨੇਮ। ਅਤੇ ਮੈਂ ਕੁਛ ਵਰਡਸ ਐਕਸ਼ਨ ਕਰਨਾ ਸਿੱਖਿਆ ਜਿਵੇਂ ਪਿੰਨ ਹੈਟ ਕੱਪ ਅਤੇ ਕੁਛ ਵਰਬਸ, ਕੁਛ ਕਿਰਿਆਵਾਂ ਜਿਵੇਂ ਸਿਟ ਸਟੈਂਡ ਐਂਡ ਵਾਕ ਅਤੇ ਉਸਦੇ ਸਾਈਨ ਮੈਂ ਬਣਾ ਲੈਂਦੀ ਸੀਗੀ। ਅਤੇ ਕੁਛ ਹਫ਼ਤੇ ਸੈਵਰਲ ਹੁੰਦਾ 3 ਜਾਂ 4 ਅਤੇ 3 ਔਰ 4 ਬਟ ਨੋਟ ਮੈਨੀ, ਕਿ ਕੁਛ ਹਫ਼ਤੇ ਮੇਰੇ ਨਾਲ ਮੇਰੀ ਟੀਚਰ ਨੇ ਹੈਲਪ ਕੀਤੀ ਮੇਰੀ, ਅਤੇ ਫਿਰ ਉਸ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਹਰ ਚੀਜ਼ ਕਿ ਐਵਰੀਥਿੰਗ ਹੈਜ਼ ਅ ਨੇਮ, ਵੀ ਹਰ ਚੀਜ਼ ਦਾ ਇੱਕ ਨਾਂ ਹੁੰਦਾ ਹੈ। ਵਨ ਡੇ ਵਾਈਲ ਆਈ ਵਾਜ਼ ਪਲੇਇੰਗ ਵਿਦ ਮਾਈ ਨਿਊ ਡੋਲ, ਮਿਸ ਸੁਲੀਵਨ ਪੁੱਟ ਮਾਈ ਬਿਗ ਰੈਗ ਡੋਲ ਇਨ ਟੂ ਮਾਈ ਲੈਪ ਐਂਡ ਆਲਸੋ ਸਪੈਲ ਡੋਲ ਐਂਡ ਟਰਾਈ ਟੂ ਮੇਕ ਮੀ ਅੰਡਰਸਟੈਂਡ ਦੈਟ DOLL ਅਪਲਾਈਡ ਟੂ ਬੋਥ। ਅਤੇ ਜਦੋਂ ਮੈਂ ਆਪਣੀ ਇੱਕ ਨਵੀਂ ਡੋਲ ਦੇ ਨਾਲ ਖੇਡ ਰਹੀ ਸੀ, ਨਵੀਂ ਗੁੱਡੀ ਦੇ ਨਾਲ ਖੇਡ ਰਹੀ ਸੀਗੀ, ਅਤੇ ਮਿਸ ਸੁਲੇਵਾਨ ਅਤੇ ਮੇਰੀ ਜਿਹੜੀ ਟੀਚਰ ਹੈ ਇੱਕ ਹੋਰ ਕੱਪੜੇ ਦੀ ਗੁੱਡੀ ਹੈ ਉਹਨੇ ਮੇਰੀ ਗੋਦੀ ਵਿੱਚ ਰੱਖਤੀ ਅਤੇ ਉਹਨੇ ਫਿਰ ਸਪੈਲ ਕੀਤਾ DOLL ਅਤੇ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਦੋਨਾਂ ਦਾ ਮਤਲਬ ਹੁੰਦਾ ਡੋਲ, DOLL ਉਹ ਦੋਨਾਂ ਲਈ ਵਰਤਿਆ ਜਾਂਦਾ ਹੈ। ਅਰਲੀਅਰ ਇਨ ਦਾ ਡੇ ਵੀ ਹੈਡ ਅ ਟਸਲ ਓਵਰ ਦਾ ਵਰਡਸ MUG ਐਂਡ WATER। ਅਤੇ ਪਹਿਲਾਂ ਮੇਰੀ ਟੀਚਰ ਮੈਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਕਿ ਮੱਗ ਅਤੇ ਪਾਣੀ ਵਿੱਚ ਕੀ ਫਰਕ ਹੈ। ਮਿਸ ਸੁਲੇਵਨ ਹੈ ਟਰਾਈ ਟੂ ਇੰਪ੍ਰੈਸ ਅਪੋਨ ਮੀ ਡੈਟ ਮੱਗ ਇਜ਼ ਮੱਗ ਐਂਡ ਵਾਟਰ ਇਜ਼ ਵਾਟਰ ਬਟ ਆਈ ਪਰਸਿਸਟਿਡ ਕਨਫਾਊਂਡਿੰਗ ਦੈਟ ਟੂ। ਅਤੇ ਮੈਨੂੰ ਮੱਗ ਦੇ ਉੱਪਰ, ਮੱਗ ਦੇ ਅੰਦਰ ਪਾਣੀ ਹੁੰਦਾ ਅਤੇ ਮੈਨੂੰ ਮੇਰੀ ਜਿਹੜੀ ਟੀਚਰ ਹੈ ਮਿਸ ਸੁਲੇਵਨ ਮੱਗ ਅਤੇ ਪਾਣੀ ਦਾ ਫਰਕ ਹੈ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀ, ਬਟ ਆਈ ਪਰਸਿਸਟਿਡ ਇਨ ਕਨਫਾਊਂਡਿੰਗ, ਕਿ ਮੈਂ ਉਸ ਵਿੱਚ ਹੈ ਉਲਝੀ ਰਹੀ। ਇਨ ਡਿਸਪੇਅਰ ਸ਼ੀ ਹੈਡ ਡਰੋਪਡ ਦਾ ਸਬਜੈਕਟ ਫੋਰ ਸਮ ਟਾਈਮ। ਅਤੇ ਦੁਖੀ ਹੋ ਕੇ ਉਸਨੇ ਉਸ ਗੱਲ ਨੂੰ ਕੁਝ ਸਮੇਂ ਲਈ ਟਾਲ ਦਿੱਤਾ, ਓਨਲੀ ਟੂ ਰੀਨਿਊ ਇਟ ਐਟ ਦਾ ਫਸਟ ਓਪਰਚੁਨਿਟੀ, ਵੀ ਜਦੋਂ ਦੁਬਾਰਾ ਮੌਕਾ ਮਿਲੇਗਾ ਉਹ ਦੁਬਾਰਾ ਉਸਨੂੰ ਸਮਝਾਏਗੀ। ਆਈ ਬਿਕੇਮ ਇਮਪੇਸ਼ੈਂਟ ਐਟ ਹਰ ਰਿਪੀਟਿਡ ਅਟੈਂਪਟਸ ਐਂਡ ਸੀਜ਼ਿੰਗ ਦ ਨਿਊ ਡੋਲ ਆਈ ਡੈਸ਼ਡ ਇਟ ਅਪੋਨ ਦਾ ਫਲੋਰ। ਅਤੇ ਮੇਰੀ ਟੀਚਰ ਮੈਨੂੰ ਬਾਰ ਬਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਸੀਗੀ ਪਰ ਮੈਂ ਇਮਪੇਸ਼ੈਂਟ ਹੋ ਗਈ, ਅਤੇ ਜਦੋਂ ਮੈਂ ਨਵੀਂ ਗੁੱਡੀ ਫੜੀ, ਨਵੀਂ ਡੋਲ ਨੂੰ ਫੜਿਆ ਅਤੇ ਮੈਂ ਉਹਨੂੰ ਥੱਲੇ ਸੁੱਟਤਾ। ਆਈ ਵਾਜ਼ ਨੀਲੀ ਡਿਲਾਈਟਿਡ ਵੈਨ ਆਈ ਫੈਲ ਦ ਫਰੈਗਮੈਂਟਸ ਆਫ ਬ੍ਰੋਕਨ ਡੋਲ ਐਟ ਮਾਈ ਫੀਟ। ਮੈਂ ਬਹੁਤ ਖੁਸ਼ ਹੋਈ ਜਦੋਂ ਮੈਂ ਉਸਦੇ ਉਸ ਗੁੜੀਆ ਦੇ ਉਸ ਡੋਲ ਦੇ ਟੁੱਟੇ ਹੋਏ ਹਿੱਸੇ ਆਪਣੇ ਪੈਰਾਂ ਦੇ ਉੱਪਰ ਮਹਿਸੂਸ ਕੀਤੇ। ਨੀਦਰ ਸੋਰੋ ਨੋਰ ਰਿਗਰੈਟ ਫੋਲੋਡ ਮਾਈ ਪੈਸ਼ਨੇਟ ਆਊਟਬਰਸਟ।
ਮੈਨੂੰ ਆਪਣੀ ਗਲਤੀ ਦਾ ਕੋਈ ਪਛਤਾਵਾ ਨਹੀਂ ਸੀਗਾ। ਆਈ ਹੈਡ ਨੋਟ ਲਵ ਦ ਡੋਲ, ਮੈਨੂੰ ਡੋਲ ਨਾਲ ਪਿਆਰ ਨਹੀਂ ਸੀਗਾ। ਇਨ ਦ ਸਟਿਲ ਡਾਰਕ ਵਰਲਡ ਇਨ ਵਿੱਚ ਆਈ ਲਿਵਡ ਦੇਅਰ ਵਾਜ਼ ਨੋ ਸਟਰੋਂਗ ਸੈਂਟੀਮੈਂਟ ਆਫ ਟੈਂਡਰਨੈਸ। ਅਤੇ ਹੁਣ ਇਸ ਤੋਂ ਬਾਅਦ ਕਿਆ ਹੈ ਕਿ ਮੈਂ ਹੁਣ ਸਟਿਲ ਮੀਨਸ ਕਿ ਕੋਈ ਡਾਰਕ ਵਰਲਡ ਵਿੱਚ ਰਹਿੰਦੀ ਸੀਗੀ, ਸਟਿਲ ਡਾਰਕ ਵਰਲਡ ਵਿੱਚ ਰਹਿੰਦੀ ਸੀਗੀ, ਅਤੇ ਉਸ ਵਿੱਚ ਟੈਂਡਰਨੈਸ ਪਿਆਰ ਵਾਲਾ ਜਿਹੜਾ ਕੋਈ ਸੈਂਟੀਮੈਂਟ ਹੈ ਉਹ ਨਹੀਂ ਸੀਗਾ। ਆਈ ਫੈਲਟ ਮਾਈ ਟੀਚਰ ਸਵੀਪ ਦ ਫਰੈਗਮੈਂਟਸ ਟੂ ਵਨ ਸਾਈਡ ਆਫ ਦ ਹਾਰਥ ਐਂਡ ਆਈ ਹੈਡ ਅ ਸੈਂਸ ਆਫ ਸੈਟਿਸਫੈਕਸ਼ਨ ਦੈਟ ਦ ਕੋਜ਼ ਆਫ ਮਾਈ ਡਿਸਕੰਫਰਟ ਵਾਸ ਰਿਮੂਵਡ। ਅਤੇ ਹੁਣ ਮੇਰੀ ਟੀਚਰ ਨੇ ਉਸਦੇ ਟੁੱਟੇ ਹੋਏ ਹਿੱਸੇ ਡੋਲ ਦੇ ਇੱਕ ਪਾਸੇ ਕਰਤੇ ਕਮਰੇ ਦੇ, ਅਤੇ ਮੈਨੂੰ ਬਹੁਤ ਜ਼ਿਆਦਾ ਸੈਟਿਸਫੈਕਸ਼ਨ ਸੀ ਵੀ ਜਿਹੜੀ ਚੀਜ਼ ਮੈਨੂੰ ਡਿਸਕੰਫਰਟ ਕਰ ਰਹੀ ਸੀ ਕਿ ਮੈਨੂੰ ਤੰਗ ਕਰੀ ਸੀ, ਦੁਖੀ ਕਰੀ ਸੀਗੀ, ਅਤੇ ਉਸਦਾ ਜਿਹੜਾ ਰੀਜ਼ਨ ਉਹ ਰਿਮੂਵ ਹੋ ਗਿਆ। ਸ਼ੀ ਬੋਟ ਮੀ ਮਾਈ ਹੈਟ ਐਂਡ ਆਈ ਨਿਊ ਆਈ ਵਾਜ਼ ਗੋਇੰਗ ਆਊਟ ਇਨ ਦਾ ਵਾਰਮ ਸਨਸ਼ਾਈਨ। ਅਤੇ ਉਹ ਮੇਰੇ ਲਈ ਮੇਰੀ ਹੈਟ ਲੈ ਕੇ ਆਈ, ਟੋਪੀ ਲੈ ਕੇ ਆਈ, ਅਤੇ ਮੈਨੂੰ ਇਹ ਪਤਾ ਲੱਗਿਆ ਕਿ ਹੁਣ ਮੈਂ ਵਾਰਮ ਸਨਸ਼ਾਈਨ ਵਿੱਚ ਹੈ, ਧੁੱਪ ਵਿੱਚ ਹੈ ਜਾਣਾ। ਦਿਸ ਥੋਟ ਇਫ ਅ ਵਰਡਲੈਸ ਸੈਂਸੇਸ਼ਨ ਮੇ ਬੀ ਥੋਟ ਮੇਡ ਮੀ ਹੋਪ ਐਂਡ ਸਕਿਪ ਵਿਦ ਪਲੈਜਰ। ਇਸ ਵਿਚਾਰ ਨੇ, ਬਾਹਰ ਜਾਣ ਦੇ ਵਿਚਾਰ ਨੇ, ਇਫ ਅ ਵਰਡਲੈਸ ਸੈਂਸੇਸ਼ਨ ਮੇ ਬੀ ਕਾਲਡ ਅ ਥੋਟ ਮੇਡ ਮੀ ਹੋਪ ਐਂਡ ਸਕਿਪ। ਹੋਪ ਹੁੰਦਾ ਇੱਕ ਪੈਰ 'ਤੇ ਉਛਲਣਾ, ਅਤੇ ਸਕਿਪ ਹੁੰਦਾ ਸਕਿਪਿੰਗ ਕਰਨਾ, ਵੀ ਖੁਸ਼ੀ ਨਾਲ ਚੁੰਮਣਾ। ਵੀ ਬਾਹਰ ਜਾਣ ਦੇ ਖਿਆਲ ਨਾਲ ਮੈਂ ਖੁਸ਼ੀ ਨਾਲ ਚੁੰਮ ਉੱਠੀ, ਮੇਰਾ ਮਨ ਖੁਸ਼ੀ ਨਾਲ ਚੁੰਮ ਉੱਠਿਆ। ਵੀ ਵਾਕ ਡਾਊਨ ਦ ਪਾਥ ਟੂ ਅ ਵੈਲ ਹਾਊਸ ਅਟਰੈਕਟਿਡ ਬਾਈ ਦਾ ਫਰੈਗਨੈਂਸ ਆਫ ਹਨੀ ਸਕਲ ਵਿਦ ਵਿੱਚ ਇਟ ਵਾਸ ਕਵਰਡ। ਅਤੇ ਵੈਲ ਹਾਊਸ ਹੁੰਦਾ ਪਾਣੀ ਦਾ ਸਰੋਤ, ਵੀ ਜਿੱਧਰ ਪਾਣੀ ਹੈ, ਜਿੱਧਰੋਂ ਪਾਣੀ ਆ ਸਕਦਾ। ਅਤੇ ਮੇਰੀ ਟੀਚਰ ਮੈਨੂੰ ਪਾਣੀ ਦੇ ਸਰੋਤ ਦੇ ਕੋਲ ਲੈ ਕੇ ਜਾ ਰਹੀ ਸੀ, ਅਤੇ ਰਸਤੇ ਵਿੱਚ ਹਨੀ ਸਕਲ ਉਸੇ ਫਲਾਰਸ ਦੇ ਜਿਹੜਾ ਰਸਤਾ ਉਸ ਫਲਾਰਸ ਤੋਂ ਘਿਰਿਆ ਹੋਇਆ ਸੀਗਾ, ਉਸਦੀ ਕਾਫੀ ਵਧੀਆ ਸੁਗੰਧ ਹੈ ਉਹ ਆ ਰਹੀ ਸੀ। ਸਮਵਨ ਵਾਜ਼ ਡਰਾਇੰਗ ਵਾਟਰ ਐਂਡ ਮਾਈ ਟੀਚਰ ਪਲੇਸ ਮਾਈ ਹੈਂਡ ਅੰਡਰ ਦਾ ਸਪਾਊਟ। ਅਤੇ ਜਿਸ ਤਰ੍ਹਾਂ ਨਲਕਾ ਗੇੜੀ ਦਾ, ਅਤੇ ਕੋਈ ਬੰਦਾ ਪਾਣੀ ਗੇੜ ਰਿਹਾ ਸੀਗਾ, ਨਲਕਾ ਗੇੜ ਰਿਹਾ ਸੀਗਾ, ਅਤੇ ਮੇਰੀ ਟੀਚਰ ਨੇ ਮੇਰਾ ਹੱਥ ਹੈ ਪਾਣੀ ਦੀ ਤਾਰ ਹੇਠ ਹੈ ਉਹ ਰੱਖ ਦਿੱਤਾ। ਐਸ ਦਾ ਕੂਲ ਸਟੀਮ ਗਸਟ ਓਵਰ ਵਨ ਹੈਂਡ ਸ਼ੀ ਸਪੈਲਡ ਇਨ ਟੂ ਦਾ ਅਦਰ ਦਾ ਵਰਡ ਵਾਟਰ ਫਸਟ ਸਲੋਲੀ ਦੈਨ ਰੈਪਿਡਲੀ। ਅਤੇ ਜਦੋਂ ਪਾਣੀ ਡਿੱਗ ਰਿਹਾ ਸੀਗਾ ਮੇਰੇ ਇੱਕ ਹੱਥ 'ਤੇ, ਅਤੇ ਮੇਰੇ ਟੀਚਰ ਨੇ ਕੀ ਕੀਤਾ, ਦੂਜੇ ਹੱਥ 'ਤੇ ਮੇਰੇ ਵਾਟਰ ਵਰਡ ਹੈ ਮੈਨੂੰ ਸਪੈਲ ਕੀਤਾ, ਜਿਸ ਦਾ ਅਰਥ ਹੈ ਕਿ ਸਾਈਨ ਲੈਂਗੁਏਜ ਨਾਲ ਮੇਰੇ ਹੱਥ 'ਤੇ ਬਣਾਇਆ, ਅਤੇ ਪਹਿਲਾਂ ਸਲੋ, ਉਸ ਤੋਂ ਬਾਅਦ ਤੇਜ਼। ਆਈ ਸਟੂਡ ਸਟਿਲ ਮਾਈ ਹੋਲ ਅਟੈਂਸ਼ਨ ਫਿਕਸਡ ਅਪੋਨ ਦਾ ਮੋਸ਼ਨ ਆਫ ਹਰ ਫਿੰਗਰਸ। ਅਤੇ ਮੈਂ ਰੁਕੀ ਰਹੀ, ਅਤੇ ਮੇਰਾ ਪੂਰਾ ਧਿਆਨ ਹੈ ਕਿ ਉਹ ਕੀ ਕਹਿਣਾ ਚਾਹ ਰਹੀ ਹੈ ਕਿ ਆਪਣੇ ਉਂਗਲੀਆਂ ਦੇ ਦੁਆਰਾ ਉਸ ਵੱਲ ਸੀਗਾ। ਸਡਨਲੀ ਆਈ ਫੈਲਟ ਅ ਮਿਸਟਰੀ ਕੌਨਸ਼ੀਅਸਨੈਸ ਆਫ ਸਮਥਿੰਗ ਫੋਰਗੋਟਨ, ਅ ਥ੍ਰਿਲ ਆਫ ਰਿਟਰਨਿੰਗ ਥੋਟ ਐਂਡ ਸਮ ਹਾਓ ਦ ਮਿਸਟਰੀ ਆਫ ਲੈਂਗੁਏਜ ਵਾਜ਼ ਰਿਵੀਲਡ ਟੂ ਮੀ। ਅਤੇ ਮਿਸਟਰੀ ਦਾ ਅਰਥ ਹੁੰਦਾ ਹੈ ਧੁੰਦਲੀ, ਅਤੇ ਕੌਨਸ਼ੀਅਸਨੈਸ ਦਾ ਚੇਤਨਾ, ਅਤੇ ਮੈਂ ਧੁੰਦਲੀ ਚੇਤਨਾ ਨੂੰ ਮਹਿਸੂਸ ਕੀਤਾ ਜੋ ਮੈਂ ਪਹਿਲਾਂ ਭੁੱਲ ਚੁੱਕੀ ਸੀ। ਅ ਥ੍ਰਿਲ ਆਫ ਰਿਟਰਨਿੰਗ ਥੋਟ ਕਿ ਮੈਨੂੰ ਕੀ ਚੀਜ਼ ਯਾਦ ਆਈ, ਐਂਡ ਸਮ ਹਾਓ ਦ ਮਿਸਟਰੀ ਆਫ ਲੈਂਗੁਏਜ ਵਾਜ਼ ਰਿਵੀਲ ਟੂ ਮੀ। ਅਤੇ ਭਾਸ਼ਾ ਜਾਂ ਲੈਂਗੁਏਜ ਕਿਸ ਨੂੰ ਕਹਿੰਦੇ ਹਨ, ਅਤੇ ਮੈਨੂੰ ਪਤਾ ਲੱਗਿਆ। ਆਈ ਨਿਊ ਡੈਟ WATER ਮੈਂਟ ਵੰਡਰਫੁਲ ਕੂਲ ਸਮਥਿੰਗ ਡੈਟ ਵਾਸ ਫਲੋਇੰਗ ਓਵਰ ਮਾਈ ਹੈਂਡ। ਅਤੇ ਮੈਨੂੰ ਇਹ ਪਤਾ ਲੱਗਿਆ ਕਿ ਵਾਟਰ ਉਹਨੂੰ ਕਹਿੰਦੇ ਆ ਉਸ ਠੰਡੀ ਚੀਜ਼ ਨੂੰ ਜਿਹੜੇ ਮੇਰੇ ਹੱਥ ਦੇ ਥੱਲੇ ਆ ਉਹ ਫਲੋ ਕਰ ਰਿਹਾ, ਬਹਿ ਰਿਹਾ। ਡੈਟ ਲਿਵਿੰਗ ਵਰਡ ਅਵੇਕਨਡ ਮਾਈ ਸੋਲ, ਗੇਵ ਇਟ ਲਾਈਟ, ਹੋਪ, ਜੋਏ, ਸੈਟ ਇਟ ਫਰੀ। ਅਤੇ ਇਹ ਮੇਰੀ ਆਤਮਾ ਜਾਗ ਗਈ, ਗੇਵ ਇਟ ਲਾਈਟ। ਹੁਣ ਜੇ ਪਹਿਲਾਂ ਅਸੀਂ ਗੱਲ ਕੀਤੀ ਸੀਗੀ ਨਾ ਲਾਈਟ ਦੀ, ਅਤੇ ਉਹ ਕਿਹੜੀ ਲਾਈਟ ਸੀਗੀ? ਗਿਆਨ ਰੂਪੀ ਲਾਈਟ, ਗਿਆਨ ਰੂਪੀ ਚਾਨਣ। ਅਤੇ ਗਿਆਨ ਰੂਪੀ ਚਾਨਣ ਇਸ ਨੂੰ ਮਿਲ ਗਿਆ,
होप मिल गया, उम्मीद मिल गई, जॉय खुशी मिल गई एंड सेट इट फ्री. देयर वर बैरियर्स स्टिल, इट इज़ ट्रू, बट बैरियर्स डेट कुड इन टाइम बी स्वेप्ट अवे. हले भी काफ़ी रुकावटा सन, पर समय दे साल वो सारिया रुकावटा वो दूर हो जानिया सीगियां. आई लैफ्ट द वैल हाउस ईगर टू लर्न, मैं होर सीखण लई वो पानी दे स्रोत जिधर मैनू मेरी टीचर लै गई सी उन्होंने छड़ के आ गई. एवरीथिंग हैड अ नेम एंड ईच नेम गेव बर्थ टू न्यू थॉट, हर चीज़ का नाँ हुंदा ते हर नाँ ने एक नवे विचार नू पैदा किया मेरे मन विच. एज वी रिटर्न टू द हाउस एवरी ऑब्जेक्ट विच आई टच सीम टू क्वायर विद लाइफ. ते क्वेयर दा अर्थ हुंदा शेक, कि मैं जिस चीज़ नू भी टच किया ते उसने मेरी लाइफ नू शेक किया. दिस इज़ बिकॉज आई सॉ एवरीथिंग विद स्ट्रेंज न्यू साइट डैट हैड कम टू मी. तो इतने न्यू साइट का अर्थ है कि मैं पता करना भी उस चीज़ नू की कहा जाता है. ऑन एंटरिंग द डोर आई रिमैम्बर द डोल आई हैड ब्रोकन, तो हूँ मैं वहाँ जो वापस आई तो मैनू यह पता लग्या मैनू उस डोल की याद आई जी मैं तोड़ी सी. आई फेल्ट माई वे टू हार्थ एंड पिकड अप द पीसिस. तो हार्थ की होंगे, हार्थ कमरे में वो थान होंगी जिते अग वगैरह जल्दी, जिमें फॉरन काफ़ी कॉमन हों. तो फिर क्या गया कि मैं हार्थ वालों गई तो मैं पिकड अप द पीसिस, मैं उस डॉल के जोड़े पीस ने जो टुटे हुए थे उसनों चक्या. आई ट्राइड वेनली टू पुट दैम टूगैदर, भी मैं उन्होंने इकट्ठे करने की कोशिश की बट मैं उन्होंने जोड़ नहीं पाई. दैन माई आईज फिल्ड विद टीयर्स, फिर मैं रोना आ गया. फॉर आई रियलाइज वट आई हैड डन एंड फॉर द फर्स्ट टाइम आई रिपेंटेंस एंड सोरो, तो मैं अपनी गलती का एहसास होया, पछतावा होया, तो मैं दुख लग गया. I learned a great many new words that day. ते उस दिन मैं काफ़ी कुछ सीखा. I do not remember what they all were, but I do know that mother, father, sister, teacher were among them words that were to make the world blossom for me, like Aaron's rod with flowers. ते मैनू ऐ तो नहीं पता भी मैं उस दिन ਕਿਹੜੇ ਕਿਹੜੇ ਸਾਰੇ ਵਰਡ ਸਿੱਖੇ, ਬਟ ਮੈਨੂੰ ਇਹ ਪਤਾ ਹੈ ਕਿ ਮਦਰ, ਫਾਦਰ, ਸਿਸਟਰ, ਟੀਚਰ ਕੁਝ ਸੀਗੇ ਜਿਨ੍ਹਾਂ ਨੇ ਮੇਰੀ ਦੁਨੀਆ, ਜਿਹੜੇ ਸ਼ਬਦਾਂ ਨੇ ਮੇਰੀ ਦੁਨੀਆ ਨੂੰ ਖਿਲਾ ਦਿੱਤਾ, ਲਾਈਕ ਐਰਨਸ ਰੋਡ ਵਿਦ ਫਲਾਵਰਸ. ਅਤੇ ਐਰਨਸ ਰੋਡ ਇੱਥੇ ਕਿਹਾ ਗਿਆ ਕਿ ਜਿਵੇਂ ਪੇੜ ਦੀ ਸ਼ਾਖਾ ਹੁੰਦੀ ਹੈ ਜਿਸ ਵਿੱਚ ਕਾਫ਼ੀ ਜ਼ਿਆਦਾ ਫੁੱਲ ਲੱਗੇ ਹੁੰਦੇ ਨੇ, ਅਤੇ ਜਿਵੇਂ ਪੇੜ ਦੀ ਟਾਹਣੀ ਵਿੱਚ ਫੁੱਲ ਲੱਗੇ ਹੁੰਦੇ ਨੇ, ਅਤੇ ਉਹਨਾਂ ਸ਼ਬਦਾਂ ਨੇ ਮੇਰੇ ਦੁਨੀਆ ਵਿੱਚ ਵੀ ਫੁੱਲ ਹੈ ਉਹ ਲਗਾ ਦਿੱਤੇ. It would have been difficult to find a happier child than I was as I lay my crib at the close of eventful day and lived over the joys it had brought me and for the first time longed for a new day to come. ते उस दिन मैं इन्नी ज़्यादा खुश सी कि मेरे तो ज़्यादा खुश है बच्चा वो लभना बहुत ज़्यादा मुश्किल सी. ते as I lay in my crib, क्रिब हुंदा है बच्चे का छोटा बैड, तो जो मैं अपने बैड पर गई ਸੌਣ ਵੇਲੇ, ਤਾਂ ਉਸ ਦਿਨ ਮੈਂ ਬਹੁਤ ਜ਼ਿਆਦਾ ਖੁਸ਼ ਸੀ. ਐਟ ਕਲੋਜ਼ ਆਫ ਦ ਇਵੈਂਟਫੁਲ ਡੇ, ਵੀ ਉਹ ਦਿਨ ਮੇਰੇ ਲਈ ਬਹੁਤ ਇਵੈਂਟਫੁਲ ਸੀ. ਐਂਡ ਲਿਵਡ ਓਵਰ ਦ ਜੋਇਸ ਇਟ ਹੈਡ ਬ੍ਰੋਟ ਮੀ, ਅਤੇ ਮੈਂ ਸੋਚ ਰਹੀ ਸੀ ਕਿ ਇਸ ਦਿਨ ਨੇ ਮੈਨੂੰ ਕਿੰਨੀਆਂ ਖੁਸ਼ੀਆਂ ਦਿੱਤੀਆਂ ਹਨ. ਐਂਡ ਫੋਰ ਦ ਫਸਟ ਟਾਈਮ ਲੌਂਗ ਫੋਰ ਅ ਨਿਊ ਡੇ ਟੂ ਕਮ, ਅਤੇ ਮੈਂ ਚਾਹ ਰਹੀ ਸੀ ਪਹਿਲੀ ਵਾਰ ਆਪਣੀ ਜ਼ਿੰਦਗੀ ਵਿੱਚ ਚਾਹ ਰਹੀ ਸੀ ਕਿ ਨਵਾਂ ਦਿਨ ਉਹ ਜਲਦੀ ਆ ਜਾਏ ਤਾਂ ਕਿ ਮੈਂ ਹੋਰ ਵੀ ਨਵੀਆਂ ਚੀਜ਼ਾਂ ਸਿੱਖ ਪਾਵਾਂ. ਅਤੇ ਦੋਸਤੋ, ਇਹ ਸੀਗਾ ਪਾਠ द स्टोरी ऑफ माई लाइफ बाय हैलन कैलर. तो यह सी मोटिवेशनल स्टोरी ऑफ हैलन कैलर. जे आप सारे उसके बारे ज़्यादा जानना चाहते हो तो एक मूवी द मिरेकल वर्कर जरूर देखो.
ਅਤੇ ਅਗਲੀ ਵੀਡੀਓ ਵਿੱਚ ਅਸੀਂ ਇਸ ਪਾਠ ਦਾ ਪਾਠ ਅਭਿਆਸ ਹੈ ਉਹ ਹੱਲ ਕਰਾਂਗੇ, ਬੈਕ ਐਕਸਰਸਾਈਜ਼ ਕਰਾਂਗੇ, ਕੁਸ਼ਚਨ ਆਨਸਰ ਕਰਾਂਗੇ। ਅਤੇ ਮਿਲਦੇ ਹਾਂ ਆਪ ਸਾਰਿਆਂ ਨੂੰ ਅਗਲੇ ਵੀਡੀਓ ਵਿੱਚ ਇਸ ਪਾਠ ਦੀ ਐਕਸਰਸਾਈਜ਼ ਦੇ ਨਾਲ।